ਹਾਂਜੀ ਸਸੀ ਗੱਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਜਿਵੇਂ ਕਿ ਹੁਣ ਤੁਸੀਂ ਜਾਣ ਦਿਓ ਕਿ ਜਿਹੜੀ ਕਣਕ ਦੇ ਲਗਭਗ ਆਪਣਾ ਜਿਹੜਾ ਪਾਣੀ ਆ ਜਾਂ ਸਪਰੇ ਹਾਂ ਜਾਂ ਹੋਰ ਲਗਭਗ ਖਤਮ ਹੋ ਚੁੱਕੇ ਨੇ ਆਪਾਂ ਨੇ ਜਿਹੜੀਆਂ ਪਸੇਤੀਆਂ ਕਣਕਾਂ ਵਾਲੇ ਵੀਰ ਨੇ ਉਹਨਾਂ ਦਾ ਥੋੜਾ ਜਿਹਾ ਕੰਮ ਰਹਿੰਦਾ ਤਾਂ ਹੁਣ ਆਪਾਂ ਜੇਕਰ ਗੱਲ ਕਰੀਏ ਇਸ ਟਾਈਮ ਤੇ ਬਹੁਤ ਸਾਰੇ ਵੀਰਾਂ ਨੇ ਆਲੂ ਲਾਏ ਹੋਏ ਸੀ ਜਾਂ ਸਬਜ਼ੀ ਹੋਰ ਕਿਸੇ ਤਰੀਕੇ ਦੀ ਲਾਈ ਹੋਈ ਸੀ ਉਹ ਖੇਤ ਖਾਲੀ ਹੋਏ ਨੇ ਖਾਸ ਕਰਕੇ ਆਲੂ ਦੇ ਤੇ ਸਰੋਂ ਵਾਲੇ ਖੇਤ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਖਾਲੀ ਹੋ ਜਾਣਗੇ ਜਾਂ ਹੋ ਚੁੱਕੇ ਨੇ ਅਗੇਤੀਆਂ ਸਰੋਂ ਵਾਲੇ ਤਾਂ ਹੁਣ ਉਹਨਾਂ ਦੇ ਵਿੱਚ ਬਹੁਤ ਸਾਰੇ ਵੀਰਾਂ ਦਰ ਜਹਾਨਾ ਜਿਹੜਾ ਮੱਕੀ ਬੀਜਣ ਵਾਸਤੇ ਆਚਾਰ ਵਾਲੀ ਜਾਂ ਜਾਂ ਆਪਾਂ ਕਹਿੰਦੇ ਪਕਾਮੀ ਵੀ ਬੀਜ ਲੈਂਦੇ ਪਰ ਉਸ ਦਾ 15 ਤਰੀਕ ਤੋਂ 15 ਫਰਵਰੀ ਤੋਂ ਬਜਾਰਾ ਸ਼ੁਰੂ ਹੋ ਜਾਂਦਾ ਹੁੰਦਾ ਮੱਕੀ ਦਾ ਤਾਂ ਹੁਣ ਲਗਭਗ ਹਾੜੀ ਦੇ ਐਂਡ ਤੱਕ ਇਹ ਜਿਹੜੀ ਮੱਕੀ ਦੀ ਵਜਾਈ ਹੈ ਉਹ ਚੱਲਦੀ ਰਹੂ ਤਾਂ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਤਪਾ ਵੀ ਸਕਦੇ ਆ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜ਼ਿਆਦਾ ਪ੍ਰੋਬਲਮ ਨਾ ਆਉਣ ਆਪਾਂ ਨੂੰ ਬਿਜਾਈ ਦੇ ਉੱਪਰ ਤੇ ਉਸ ਤੋਂ ਪਹਿਲਾਂ ਜਿਹੜੇ ਨਵੇਂ ਵੀਰ ਜੁੜੇ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਉਹ ਜ਼ਰੂਰ ਦਬਾ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾ ਕਿਸਾਨ ਵੀਰੋ ਜੇਕਰ ਗੱਲ ਕਰੀਏ ਮਾਰਕੀਟ ਦੇ ਵਿੱਚ ਜਿਵੇਂ ਕਿ ਟਾਟਾ ਦੇ ਬੀਜ ਆਉਂਦੇ ਆ ਜਾਂ ਡਕਲਬ ਦਾ 9208 ਪੀਯੂ ਦੇ ਆਉਂਦੇ ਆ ਜੇ 1006 ਤੇ ਜੇ 10787 ਦਾ ਵੋਰਸੈਂਟੋ ਬਾਅਰ ਐਡਵਾਂਟਾ ਪਾਇਨਰ ਦੀ 1844 ਜਾਂ ਹੋਰ ਵੀ ਕਾਫੀ ਸਾਰੇ ਬੀਜ ਨੇ ਜਿਨ੍ਹਾਂ ਦੇ ਆਪਾਂ ਸਾਰਿਆਂ ਦੇ ਨਾਂ ਨਹੀਂ ਲੈ ਸਕਦੇ ਇਸ ਵੀਡੀਓ ਦੇ ਵਿੱਚ ਪਰ ਤੁਸੀਂ ਜੋ ਵੀ ਤੁਹਾਡੇ ਧਰਤੀ ਨੂੰ ਸੂਟ ਕਰਦਾ ਜਾਂ ਤੁਸੀਂ ਪਿਛਲੇ ਸਾਲ ਬੀਜਿਆ ਜਾਂ ਕਿਸੇ ਦੇ ਗਵਾਂਡੀ ਦੇ ਬੀਜੇ ਦੇਖਿਆ ਉਸ ਬੀ ਨੂੰ ਤੁਸੀਂ ਸਿਲੈਕਟ ਕਰ ਸਕਦੇ ਹੋ ਉਸ ਤੋਂ ਬਾਅਦ ਬੀਜ ਕੋਈ ਵੀ ਬੀਜ ਸਕਦੇ ਆ ਤੁਸੀਂ ਆਪਾਂ ਕਿਸੇ ਇੱਕ ਬੀਜ ਦੀ ਗੱਲਬਾਤ ਨਹੀਂ ਖਾਸ ਕਰਦੇ ਤਾਂ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਆਪਾਂ ਗੱਲ ਕਰਨੀ ਹੈਗੀ ਬੀਜ ਸੋਧਨ ਦੀ ਆਪਾਂ ਬਵਿਸ਼ਟਮ ਭਾਵ ਕਾਰਬੰਡਾਜਮ ਜਾਂ ਗਾਚੋ ਦੇ ਨਾਲ ਉਹਨੂੰ ਸੋਧ ਜ਼ਰੂਰ ਲਈਏ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਨਾ ਕਿਸਾਨ ਵੀਰੋ ਜਿਹੜੀ ਇੰਨਾ ਦਿਨਾਂ ਦੇ ਵਿੱਚ ਮੱਕੀ ਦੀ ਬਿਜਾਈ ਹੁੰਦੀ ਅੱਗੇ ਜਾ ਕੇ ਜਿਹੜੀ ਗਰਮੀ ਵੀ ਵਧਦੀ ਹੈ ਇਹਦੇ ਨਾਲ ਹੋਰ ਕਈ ਪ੍ਰਕਾਰ ਦੀਆਂ ਕਈ ਪ੍ਰਕਾਰ ਦੇ ਆਲਮਤਾਂ ਨੇ ਜਿਹੜੀਆਂ ਉਹ ਆ ਜਾਂਦੀਆਂ ਨੇ ਗਿਆ ਫਸਲ ਨੂੰ ਪ੍ਰੋਬਲਮ ਦਿੰਦੀਆਂ ਨੇ ਖਾਸ ਕਰਕੇ ਸੁੰਡੀ ਆਉਂਦੀ ਆ ਤੇ ਸੁੰਡੀ ਨੂੰ ਆਪਾਂ ਉੱਪਰ ਸਪਰੇਅ ਕਰਕੇ ਉਹ ਤੋਂ ਬਚਾ ਲਾਂਗੇ ਪਰ ਹੋਰ ਕਈ ਪ੍ਰਕਾਰ ਦੀਆਂ ਜਿਹੜੀਆਂ ਛੋਟੀਆਂ ਬਿਨਾਂ ਦੇਖਣ ਵਾਲੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਫੰਗਸ ਵਗੈਰਾ ਧਰਤੀ ਚੋਂ ਕਿਸੇ ਪ੍ਰਕਾਰ ਦੀ ਉਹਦੇ ਨਾਲ ਮਤਲਬ ਕਿ ਕੁਝ ਹੱਦ ਤੱਕ ਆਪਾਂ ਨਜਾਤ ਪਾ ਸਕਦੇ ਹਾਂ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਬਜਾਈ ਦੀ ਕਿਹੜੇ ਖੇਤਾਂ ਦੇ ਵਿੱਚ ਜਿਵੇਂ ਕਿ ਆਲੂ ਵਾਲੇ ਖੇਤਾਂ ਦੇ ਵਿੱਚ ਤਾਂ ਲੀਡਰ ਦੇ ਹੀ ਸੜਕਾ ਹੁੰਦੇ ਹੀ ਨਹੀਂ ਨਾ ਸਰੋਂ ਵਾਲੇ 'ਚ ਤੇ ਜਿਹੜੇ ਵੀ ਹਾੜੀ ਤੋਂ ਬਾਅਦ ਬੀਜਣਗੇ ਬੇਨਤੀ ਹੈ ਕਿ ਜਿਹੜੇ ਵੀਰਾਂ ਨੇ ਲੀਡਰ ਦੀ ਸਪਰੇਅ ਕਰੀ ਸੀ ਉਹ ਉਸ ਖੇਤ ਦੇ ਵਿੱਚ ਬੀਜਣ ਤੋਂ ਬਚਣ ਕਿਉਂਕਿ ਉਹਦੇ ਨਾਲ ਕੀ ਹੁੰਦਾ ਨਾ ਅੱਗੇ ਜਾ ਕੇ ਮੱਕੀ ਹਰੀ ਤਾਂ ਹੋ ਜਾਂਦੀ ਆ ਪਰ ਉਦੋਂ ਬਾਅਦ ਸ਼ੁਰੂ ਹੁੰਦੀਆਂ ਨੇ ਜੋ ਕਿ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਆ ਮੱਛਣ ਲੱਗ ਜਾਂਦੀ ਆ ਜਾਂ ਚਲਦੀ ਨਹੀਂ ਫਿਰ ਕਾਫੀ ਸਾਰੀ ਮਿਹਨਤ ਦੇ ਨਾਲ ਕਰਨੀ ਪੈਂਦੀ ਆ ਹੋ ਜੇ ਹੋ ਜੇ ਨਹੀਂ ਹੋ ਸਕਦਾ ਫਸਲਾ ਜਿਹੜੀ ਖਰਾਬ ਵੀ ਹੋ ਜਾਂਦੀ ਆ ਇਹ ਧਿਆਨ ਰੱਖਣਾ ਕਿਸਾਨ ਵੀਰੋ ਇੱਕ ਆਪਾਂ ਜਦੋਂ ਵੀ ਬਜਾਈ ਕਰਦੇ ਆ ਤਾਂ ਉਹਦੇ ਹਿਸਾਬ ਦੇ ਨਾਲ ਬੀਜਣਾ ਕਿ 80 ਦਿਨਾਂ ਦੇ ਵਿੱਚ ਲਗਭਗ ਇਹਨੂੰ ਲੱਗ ਜਾਂਦੇ ਨੇ 4 ਪਾਉਣ ਵਾਸਤੇ ਵੀ ਇਹ 60 ਸੁੱਠ ਦਿਨਾਂ ਦੇ ਵਿੱਚ ਨਹੀਂ ਤਿਆਰ ਹੁੰਦੀ ਤਾਂ ਇੱਕ ਇਹ ਵੀ ਧਿਆਨ ਰੱਖਣਾ ਕਿ ਅੱਗੇ ਆਪਾਂ ਨੇ ਬਾਸਮਤੀ ਜਾਂ ਜਾਂ ਆਪਾਂ ਜਿਵੇਂ ਆਪਾਂ ਕਹਿੰਦੇ ਆ ਪੀਆਰ 26 ਵਰਗੀ ਕੋਈ ਵੈਰਾਈਟੀ ਥੋੜੇ ਟਾਈਮ ਵਾਲੀ ਲਾਉਣੀ ਆ ਤਾਂ ਉਹਨਾਂ ਖੇਤਾਂ ਦੇ ਵਿੱਚ ਬਜਾਇਰਾ ਕਰ ਸਕਦੇ ਆ ਤਾਂ ਇਹ ਬੀਜ ਨੇ ਕਿਸ ਤਰੀਕੇ ਨਾਲ ਲੱਗਿਆ ਕਿਉਂਕਿ ਉਹਦੇ ਬਾਰੇ ਵੀ ਪ੍ਰੋਪਰ ਜਾਣਕਾਰੀ ਹੋਣੀ ਜ਼ਰੂਰੀ ਹੈ ਕਿਸਾਨ ਵੀਰੋ ਕਿ ਜਿਹੜੇ ਬੀਜ ਨੇ ਬਹੁਤ ਮਹਿੰਗੇ ਨੇਗੇ ਤੇ ਆਪ ਖਾਦਾਂ ਵਗੈਰਾ ਵੀ ਪਾਉਣੀਆਂ ਪੈਂਦੀਆਂ ਨੇ ਜਿਹੜੇ ਕਿ ਸਰੋਂ ਵਾਲੇ ਖੇਤ ਨੇ ਜਾਂ ਕਣਕ ਵਾਲੇ ਖੇਤ ਨੇ ਤੇ ਇੱਕ ਗੱਲ ਨਾਲ ਹੋਰ ਐਡ-ਆਨ ਕਰਦੀ ਕਿ ਜਿਹੜੇ ਵੀਰਾਂ ਨੇ ਆਲੂ ਵਾਲੇ ਖੇਤ ਦੇ ਵਿੱਚ ਜਿਹਦੇ ਵਿੱਚ ਕਿ ਆਲੂ ਦੀ ਪਟਾਈ ਕੀਤੀ ਆ ਉਹਦੇ ਵਿੱਚ ਮੱਕੀ ਦੀ ਅੱਗੇ ਜਾ ਕੇ ਫਸਲ ਲੈਣੀ ਆ ਤਾਂ ਉਹਦੇ ਵਿੱਚ ਡੀਏਪ ਸੁਪਰ ਵਗੈਰਾ ਪਾਉਣ ਦੀ ਕੋਈ ਖਾਸ ਜ਼ਰੂਰਤ ਨਹੀਂ ਹੈਗੀ ਉਹ ਪਹਿਲਾਂ ਬਹੁਤ ਸਾਰੀ ਜਿਹੜੀ ਖਾਦ ਆ ਗਿਓ ਪੈ ਚੁੱਕੀ ਹੁੰਦੀ ਹੈ ਉਹਦੇ ਚ ਉਦਾਂ ਹੀ ਬੀਜ ਕੇ ਵਧੀਆ ਚੰਗੇ ਤਰੀਕੇ ਦੇ ਨਾਲ ਹੋ ਸਕਦੀ ਹੈ ਜੀ ਥੋੜੀ-ਮੋਟੀ ਜੂਰੀਆ ਪਾਉਣੀ ਆ 15 ਕਿਲੋ ਤੱਕ ਪਾ ਸਕਦੇ ਹਾਂ ਕਿਉਂਕਿ ਇਹਨਾਂ ਦੇ ਨਾਲ ਵਿੱਚ ਜੂਰੀਆ ਜ਼ਰੂਰੀ ਹੁੰਦੀ ਆ ਪਾਣੀ ਤਾਂ ਕਿ ਸਾਨੂੰ ਵੀ ਰ ਆਪਾਂ ਮੋਢਲੀ ਦੀ ਗੱਲ ਕਰੀਏ ਕਿ ਮੱਕੀ ਬੀਜ ਵੀ ਲਈ ਤਾਂ ਉਹਨੂੰ ਪਾਣੀ ਆ ਜਿਹੜਾ ਪਹਿਲਾ ਪਾਣੀ ਬਹੁਤ ਹੀ ਧਿਆਨ ਨਾਲ ਲਾਉਣਾਗਾ ਇੱਕ ਤਾਂ ਲੈਂਥ ਆ ਜਿਹੜੀ ਲੰਬਾਈ ਆ ਖੇਤ ਦੀ ਖਾਲੀਆਂ ਦੀ ਉਹਨੂੰ ਜੇਕਰ ਜ਼ਿਆਦਾ ਲੱਗਦੀ ਆ ਤਾਂ ਵਿਚਾਲੋ ਕੱਟ ਕਰ ਸਕਦੇ ਹਾਂ ਤੇ ਢੇਡੇ ਲੋਟ ਖਾਲ ਪਾ ਸਕਦੇ ਹਾਂ ਤੇ ਦੂਸਰਾ ਨੰਬਰ ਜਿਹੜਾ ਪਹਿਲਾ ਪਾਣੀ ਆ ਉਹ ਬਹੁਤ ਮਤਲਬ ਜ਼ਿਆਦਾ ਕਿਤੇ ਖਾਲੀਆਂ ਦੇ ਉੱਪਰ ਨਹੀਂ ਚੜਨਾ ਇੱਕ ਸੇਮ ਜੀ ਚੜਾਉਣੀ ਆ ਆਪਣੇ ਉਸ ਤੋਂ ਬਾਅਦ ਬੀਜ ਨੇ ਹਰਾ ਹੋ ਜਾਣਾਗਾ ਤੇ ਦੂਜਾ ਪਾਣੀ ਵੀ ਇਸ ਤਰੀਕੇ ਨਾਲ ਧਿਆਨ ਨਾਲ ਲਾਉਣਾ ਤੇ ਪਰ ਉਸ ਤੋਂ ਬਾਅਦ ਜਦੋਂ ਲਗਭਗ 2-3ਕ ਪੱਤਿਆਂ ਦੀ ਹੋਊਗੀ ਜਦੋਂ ਉਸ ਤੋਂ ਬਾਅਦ ਹੀ ਇਹਦਾ ਸੰਡੀ ਦਾ ਬਹੁਤ ਸਾਰਾ ਧਿਆਨ ਰੱਖਣਾ ਜ਼ਰੂਰੀ ਆ ਉਹ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਗੱਲਬਾਤ ਕਰਦੇ ਰਹਾਂਗੇ ਕਿ ਇਸ ਤਰੀਕੇ ਨਾਲ ਕੰਟਰੋਲ ਕਰੀਏ ਤਾਂ ਹੁਣ ਜਿਹੜਾ ਬਜਾਰਾ ਚੱਲ ਰਿਹਾ ਤਾਂ ਜਿਹੜੇ ਵੀ ਬਜਾਰਾ ਕਰਨਾ ਚਾਹੁੰਦੇ ਆ ਤਾਂ ਬਜਾਰਾ ਦੀ ਕੋਸ਼ਿਸ਼ ਕਰੋਗੇ ਚੰਗੇ ਤਰੀਕੇ ਨਾਲ ਬੀਜੀਏ ਤੇ ਉਸ ਤੋਂ ਬਾਅਦ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਝਾੜ ਝਾੜ ਮੱਕੀ ਦਾ ਵਧੀਆ ਵੇਟ ਦੇਵੇ। ਜੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਹੋਰ ਵੀਰਾਂ ਦੇ ਨਾਲ ਆਪਣੇ ਦੋਸਤ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਦਿਆ ਕਰੋ ਪਸੰਦ ਕਰੋ। ਧੰਨਵਾਦ ਜੀ।